हां तां ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਅੱਜ ਜਿਹੜਾ ਲਘੂਤਮ ਤੇ ਮਹੱਤਮ ਸਮਾਵਰਤਕ ਦਾ ਨਮਾ ਟੈਸਟ ਸੀ ਟੈਸਟ ਨੰਬਰ 23 ਬੇਟਾ ਉਹਦੇ ਬਾਰੇ ਆਪਾਂ ਡਿਸਕਸ ਡਿਸਕਸ਼ਨ ਕਰਨ ਲੱਗੇ ਹਾਂ ਧਿਆਨ ਦੇ ਨਾਲ ਦੇਖ ਲਓ ਤਾਂ ਸਭ ਤੋਂ ਬੇਟਾ ਪਹਿਲਾ ਸਵਾਲ ਜਿਹੜਾ ਟੈਸਟ ਦੇ ਵਿੱਚ ਪਾਇਆ ਸੀ ਕਹਿੰਦਾ ਸੀ ਸਭ ਤੋਂ ਛੋਟੀ ਭਾਜ ਸੰਖਿਆ ਹੈ ਤਾਂ ਸਭ ਤੋਂ ਛੋਟੀ ਭਾਜ ਸੰਖਿਆ ਬੇਟਾ ਭਾਜ ਸੰਖਿਆ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਵੀ ਜਿਹੜੀ ਹਰ ਸੰਖਿਆ 1 ਤੇ ਆਪਣੇ ਆਪ ਤੋਂ ਇਲਾਵਾ ਵੀ ਜੇ ਕੋਈ ਉਹਦਾ ਗੁਣਨਖੰਡ ਬਣਦਾ ਤਾਂ ਉਹ ਭਾਜਕ ਸੰਖਿਆ ਚ ਆ ਜਾਂਦੀ ਹੈ ਤਾਂ ਬੇਟਾ 4 ਹੈ ਜਿਹੜੀ ਸਭ ਤੋਂ ਛੋਟੀ ਭਾਜਕ ਸੰਖਿਆ ਹੈ 4 ਦੇ ਗੁਣਨਖੰਡ 1 ਤਾਂ 4 ਇੱਕ ਤੇ ਵੰਡਿਆ ਜਾਂਦਾ 1 4 ਤੇ ਵੀ ਵੰਡਿਆ ਜਾਂਦਾ ਤਾਂ ਹਰ ਸੰਖਿਆ ਵੰਡੀ ਜਾਂਦੀ ਇਹਦੇ ਤੋਂ ਇਲਾਵਾ 2 ਤੇ ਵੀ ਵੰਡਿਆ ਜਾਂਦਾ ਇਸ ਕਰਕੇ ਬੇਟਾ 4 ਹੈ ਜਿਹੜੀ ਸਭ ਤੋਂ ਛੋਟੀ ਭਾਜਕ ਸੰਖਿਆ ਹੋਊਗੀ ਠੀਕ ਹੈ ਬੇਟਾ ਇਥੇ ਅਭਾਜ ਨਹੀਂ ਭਾਜ ਸੰਖਿਆ ਪੁੱਛਿਆ ਸੀ ਹੋ ਸਕਦਾ ਕੁਝ ਬੱਚੇ ਭੁਲੇਖਾ ਖਾ ਗਏ ਹੁਣ ਠੀਕ ਹੈ ਅਭਾ ਜਿਹੜੀ ਅਭਾਜ ਸੰਖਿਆ 2 ਆ ਪਰ ਸਭ ਤੋਂ ਛੋਟੀ ਭਾਜ ਸੰਖਿਆ 4 ਹੁਣ ਬੇਟਾ ਆਪਾਂ ਆ ਗਏ ਕੁਐਸਚਨ ਨੰਬਰ 2 ਦੇ ਉੱਤੇ ਕਹਿੰਦਾ ਇੱਕ ਅੰਕ ਵਾਲੀਆਂ ਜਿਸਤ ਸੰਖਿਆਵਾਂ ਹਨ ਤਾਂ ਬੇਟਾ ਆਪਾਂ ਪਹਿਲਾਂ ਗੱਲ ਕਰ ਲਈ ਸੀਗੀ ਇੱਕ ਅੰਕ ਵਾਲੀਆਂ ਜਿਸਤ ਸੰਖਿਆਵਾਂ ਸਭ ਤੋਂ ਪਹਿਲੀ 2 ਫਿਰ 4 ਫਿਰ 6 ਤੇ ਫਿਰ 8 4 ਇੱਕ ਅੰਕ ਵਾਲੀਆਂ ਜਿਸਤ ਸੰਖਿਆਵਾਂ ਹੈਗੀਆਂ ਆ ਇਹ ਆਪਾਂ ਪੇਪਰ ਦੇ ਵਿੱਚ ਵੀ ਪਿਛਲੇ ਜਿਹੜਾ ਤੁਹਾਡੀ ਅਭਿਆਸ ਆ ਉਹਦੇ ਵਿੱਚ ਵੀ ਇਹ ਸਵਾਲ ਕੀਤਾ ਸੀਗਾ ਤਾਂ ਜ਼ੀਰੋ ਨੂੰ ਅਸੀਂ ਜਿਸਤ ਸੰਖਿਆ ਦੀ ਡੈਫੀਨੇਸ਼ਨ 'ਚ ਨਹੀਂ ਲੈਣਾ ਠੀਕ ਹੈ ਬੇਟਾ ਅੱਗੇ ਆ ਗਿਆ 3 ਨੰਬਰ ਸਵਾਲ 15 ਦੇ ਅਭਾਜ ਗੁਣਨਖੰਡ ਹਨ ਤਾਂ ਬੇਟਾ ਅਪਹਾਜ ਗੁਣਨਖੰਡ ਆ ਜਿਹੜੇ ਉਹਦੇ ਵਿੱਚ ਬੇਟਾ ਅਸੀਂ ਇੱਕ ਨਹੀਂ ਲੈਂਦੇ ਕਿਉਂਕਿ ਇੱਕ ਭਾਜ ਇੱਕ ਨਾ ਇੱਕ ਨਾ ਜਿਹੜਾ ਨਾ ਭਾਜ ਆ ਤੇ ਨਾ ਹੀ ਅਪਹਾਜ ਹੈਗਾ ਯਾਰ ਠੀਕ ਐ ਇਸ ਕਰਕੇ 15 ਦੇ ਅਪਹਾਜ ਗੁਣਨਖੰਡ 3 5 ਆ ਵੈਸੇ ਇੱਕ ਹਰ ਇੱਕ ਦਾ ਗੁਣਨਖੰਡ ਹੁੰਦਾ ਆ ਪਰ ਜੇ ਅਪਹਾਜ ਗੁਣਨਖੰਡਾਂ ਦੀ ਗੱਲ ਕੀਤੀ ਜਾਊਗੀ ਤਾਂ ਫਿਰ 3 5 ਹੀ ਆਉਣਗੇ ਠੀਕ ਐ ਬੇਟਾ ਅੱਗੇ ਆਗੇ ਬੇਟਾ ਅਸੀਂ ਸਵਾਲ ਨੰਬਰ 4 ਦੇ ਉੱਤੇ ਸਵਾਲ ਨੰਬਰ 4 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਤਿੰਨ ਡਰਮਾਂ ਵਿੱਚ 18 ਲੀਟਰ, 27 ਲੀਟਰ ਅਤੇ 36 ਲੀਟਰ ਤੇਲ ਹੈ ਕਿਹੜਾ ਵੱਡੇ ਤੋਂ ਵੱਡਾ ਮਾਪਕ ਬਰਤਨ ਵਰਤੀਏ ਤਾਂ ਜੋ ਤਿੰਨਾਂ ਡਰਮਾਂ ਦੇ ਤੇਲ ਨੂੰ ਪੂਰੀ ਤਰ੍ਹਾਂ ਨਾਲ ਮਾਪ ਸਕੇ ਅਤੇ ਬਾਕੀ ਤੇਲ ਨਾ ਬਚੇ ਤਾਂ ਬੇਟਾ ਜਦੋਂ ਟਰਮ ਆ ਗਈ ਵੀ ਵੱਡੇ ਤੋਂ ਵੱਡਾ ਮੈਂ ਤੁਹਾਨੂੰ ਦੱਸਿਆ ਸੀ ਇਹ ਮਹੱਤਮ ਦਾ ਸਵਾਲ ਹੁੰਦਾ ਹੈ ਜਦੋਂ ਛੋਟੇ ਤੋਂ ਛੋਟਾ ਟਰਮ ਆਵੇ ਤਾਂ ਲਗਉਤਮ ਦਾ ਸਵਾਲ ਹੁੰਦਾ ਤਾਂ ਕਿਹੜਾ ਵੱਡੇ ਤੋਂ ਵੱਡਾ ਇਹ ਬੇਟਾ ਮੂੰਹ ਜਵਾਨੀ ਆਪਾਂ ਕਰਕੇ ਦੇਖ ਲੈਣੇ ਇਹ ਕਿਉਂਕਿ ਹਰ ਚੀਜ਼ ਨੂੰ ਬਰਾਬਰ ਵੰਡਦਾ ਜੇ 3 ਲੀਟਰ ਵਾਲਾ ਇਹ 18 ਨੂੰ ਵੀ ਵੰਡਦਾ 27 ਨੂੰ ਵੀ ਵੰਡਦਾ ਤਿੰਨ ਹੈ 27 ਤੇ 12 ਤੇ 36 ਹੁੰਦੇ ਪਰ ਕੀ ਤਿੰਨ ਤੋਂ ਵੱਡਾ ਹੈਗਾ ਕਿਉਂਕਿ ਉਹ ਟਰਮ ਵੱਡੇ ਤੋਂ ਵੱਡਾ ਯੂਜ਼ ਕਰ ਰਿਹਾ 5 ਤੇ ਤਾਂ ਵੰਡੇ ਨਹੀਂ ਜਾਂਦੇ 9 ਤੇ ਬੇਟਾ ਵੰਡੇ ਜਾਂਦੇ 9 2 18 9 3 27 ਤੇ 9 4 36 ਤਾਂ 9 ਲੀਟਰ ਆ ਜਿਹੜਾ ਇਹਦਾ ਉੱਤਰ ਆਊਗਾ ਇਹ 9 ਲੀਟਰ ਦਾ ਬਰਤਨ ਵੱਡੇ ਤੋਂ ਵੱਡਾ ਜਿਹਦੇ ਨਾਲ ਅਸੀਂ ਇਹ ਤਿੰਨੇ ਡਰਮਾਂ ਵਿੱਚ ਪਏ ਤੇਲ ਨੂੰ ਪੂਰਾ ਪੂਰਾ ਮਾਪ ਸਕਦੇ ਹਾਂ ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 5 ਕਹਿੰਦਾ 6 ਘੰਟੀਆਂ ਇਕੱਠੀਆਂ ਵੱਜਣ ਦੋ ਬਾਅਦ 2 4 6 8 10 ਤੇ 12 ਸਕਿੰਡ ਦੇ ਅੰਤਰਾਲ ਨਾਲ ਵਜਦੀਆਂ ਹਨ ਕਿੰਨੇ ਸਮੇਂ ਬਾਅਦ ਉਹ ਫਿਰ ਦੁਬਾਰਾ ਇਕੱਠੀਆਂ ਵੱਜਣਗੀਆਂ ਇਹ ਸਵਾਲ ਬੇਟਾ ਪਹਿਲਾਂ ਵੀ ਆਇਆ ਸੀ ਅਸੀਂ ਕੀ ਕਰਦੇ ਹਾਂ ਅਸੀਂ ਕੀ ਕਰਦੇ ਹਾਂ ਇਹਨਾਂ ਦਾ ਲਘੁਤਮ ਕੱਢ ਲੈਨੇ ਆ 2 4 6 ਇਦਾਂ ਦਾ ਸਵਾਲ ਬੇਟਾ ਪੱਕੇ ਪੇਪਰ 'ਚ ਵੀ ਆਇਆ ਹੋਇਆ 2 4 6 8 10 ਤੇ 12 ਠੀਕ ਹੈ ਇੰਨੇ ਨੇ ਸਮੇਂ ਬਾਅਦ ਵੱਜਦੀਆਂ ਨਾ ਤਾਂ ਅਸੀਂ ਬੇਟਾ ਇਹਦਾ ਜਦੋਂ ਲਗਉਤਮ ਕੱਢਦੇ ਆ ਇਹ ਆ ਗਿਆ 2 1 2 2 2 4 2 3 6 2 4 8 2 5 10 2 6 12 ਹੋਰ ਦੇਖੋ ਬੇਟਾ 2 ਦੇ 파ੜੇ ਤੇ ਵੰਡੇ ਜਾਂਦੇ ਆ 2 1 ਦਾ 2 1 2 3 ਦੇ 3 2 2 4 5 ਦੇ 5 2 3 6 ਹੁਣ ਬੇਟਾ ਇਹ ਜਿਹੜਾ ਹੈਗਾ 3 ਦੇ 파ੜੇ ਤੇ ਵੰਡ ਦਿੰਨੇ ਆ ਉਸ ਤੋਂ ਬਾਅਦ ਨਹੀਂ ਵੰਡਿਆ ਜਾਂਦਾ 1 ਦਾ 1 1 ਦਾ 1 3 1 3 2 ਦੇ 2 5 ਦੇ 5 3 1 3 ਹੁਣ ਕਿਸੇ ਵੀ ਸਾਂਝੇ ਭਾੜੇ ਤੇ ਨਹੀਂ ਜਾਂਦੇ ਪਏ ਅਸੀਂ ਇਹਨਾਂ ਦੀ ਗੁਣਾ ਕਰ ਲਾਂਗੇ 2 2 4 3 2 12 4 2 24 5 120 ਇਹਦਾ ਮਤਲਬ ਬੇਟਾ ਇਹਦਾ ਲਘੂਤਮ ਆ ਗਿਆ 120 120 ਸਕਿੰਟਾਂ ਬਾਅਦ ਫਿਰ ਇਹ ਘੰਟੀਆਂ ਦੁਬਾਰਾ ਇਕੱਠੀਆਂ ਵੱਜਣਗੀਆਂ 120 ਸਕਿੰਟ ਦਾ ਮਤਲਬ 60 ਕਰ ਦਵਾਂਗੇ ਤਾਂ 2 ਮਿੰਟ ਠੀਕ ਹੈ ਬੇਟਾ ਤਾਂ ਇਹਦੇ ਵਿੱਚ ਬੇਟਾ ਆਨਸਰ ਸੀਗਾ ਪਹਿਲਾ ਹੀ ਆਨਸਰ 2 ਮਿੰਟ ਦਿੰਦਾ ਕਿਉਂਕਿ 120 ਸਕਿੰਟਾਂ ਦੇ ਵਿੱਚ 2 ਮਿੰਟ ਬਣ ਜਾਂਦੇ ਆ ਠੀਕ ਆ 60 ਸਕਿੰਡ ਦਾ 1 ਮਿੰਟ ਹੁੰਦਾ ਆ ਤਾਂ ਅਸੀਂ ਦੂਜਾ ਆਨਸਰ ਆ ਜਿਹੜਾ ਇਹਦਾ ਉਹਨੂੰ ਐਜ਼ ਏ ਰਾਈਟ ਆਨਸਰ ਸੌਰੀ ਪਹਿਲਾ ਬੇਟਾ 2 ਮਿੰਟ ਪਹਿਲਾ ਹੀ অপਸ਼ਨ ਹੈ ਨਾ ਤਾਂ ਉਹਨੂੰ ਐਜ਼ ਏ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਏ ਸੀਗਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ